जेकर तुसी रास्ते दे विच गड्डी खड़ी करके किसे पासे साइड ते जांदे हो तां अज ही सावधान हो जाओ, क्योंकि तुहाडी गड्डी अते अंदर पिया समान जां फिर कैश गायब हो सकदा है, यानी कि उत्थों चोरी हो सकदा है। पुलिस दे टेबल दे अगे पए इह उही लखां रुपए ने जो बीते दिनी लुधियाणा विखे एक गड्डी चों चोरां वल्लों चोरी कीते गए सन, जिन्हां चोरां नूं लुधियाणा पुलिस ने काबू कर लिया अते लखां रुपए बरामद कीते हन। इह जानकारी दिंदे होए लुधियाणा दे सीपी मनदीप सिंह सिद्धू होरां ने होर जो खुलासे कीते ਉਹ ਵੀ ਸੁਣ ਲਓ। ਲੁਧਿਆਣੇ ਦੇ ਵਿੱਚ 3 ਤਰੀਕ ਨੂੰ ਇੱਕ ਕਾਰ ਦੇ ਵਿੱਚ ਚੋਰੀ ਹੋਈ ਸੀ, ਜਿਹੜੀ ਲਗਜ਼ਰੀ ਕਾਰ, ਉਹਦੇ ਵਿੱਚੋਂ ਉਹ ਚੋਰੀ ਤਾਂ ਹੋਈ ਸੀ ਪਰ ਨਾਲ ਨਾਲ ਉਹਦੇ ਵਿੱਚ ਜਿਹੜਾ ਵਹੀਕਲ ਦਾ ਮਾਲਕ ਸੀ ਉਹਨਾਂ ਦੀ ਅਣਗਹਿਲੀ ਦੇ ਕਾਰਨ ਪੰਕਚਰ ਲਾਉਣ ਲੱਗੇ ਸੀ, ਅਤੇ ਦੱਸਿਆ ਗਿਆ ਵੀ ਜਦੋਂ ਅਸੀਂ ਅੱਗੇ ਬੈਠੇ ਸੀ ਵਹੀਕਲ ਦੇ ਅਤੇ ਸਾਡੀ ਕਾਰ ਦੇ ਵਿੱਚੋਂ ਬਾਰੀ ਖੋਲ੍ਹ ਕੇ ਅਤੇ ਕੋਈ ਚੋਰੀ ਕਰਕੇ ਪੈਸੇ ਲੈ ਗਏ, ਅਤੇ ਪਰ ਸਾਡੇ ਲਈ ਹਰ ਕੇਸ ਇੰਪੋਰਟੈਂਟ ਹੁੰਦਾ, ਅਤੇ ਬਾਕੀ ਕੇਸਿਸ ਵਾਂਗੂ ਜਿਵੇਂ ਅਸੀਂ ਹਰ ਕੇਸ ਜਿਹੜਾ ਪੂਰਾ ਜੀ ਜਾਨ ਲਾ ਕੇ ਟਰੇਸ ਕਰਦੇ ਹਾਂ, ਇਸ ਕੇਸ ਨੂੰ ਵੀ ਸਾਡੀ ਟੀਮ ਨੇ ADCP ਸ਼ੁਭਮ ਅਤੇ SHO PAU ਅਤੇ ACP ਮਨਦੀਪ ਇਹਨਾਂ ਨੇ ਪੂਰਾ ਜ਼ੋਰ ਲਾਇਆ। ਇਸ ਅਸੀਂ ਕ੍ਰਿਮੀਨਲ ਨੂੰ ਟਰੈਕ ਕਰਦੇ ਕਰਦੇ ਅਲਟੀਮੇਟਲੀ ਪਤਾ ਲੱਗਿਆ ਵੀ ਟੁਵਰਡਸ ਰਾਏਕੋਟ ਇਹਨਾਂ ਦੀ ਮੂਵਮੈਂਟ ਆਈ ਹੈ, ਰਾਏਕੋਟ ਤੋਂ ਬਰਨਾਲੇ, ਬਰਨਾਲੇ ਤੋਂ ਟੁਵਰਡਸ ਬਠਿੰਡਾ ਇਹਨਾਂ ਦੀ ਜਾਂਦੀ ਹੈ, ਫਿਰ ਅਸੀਂ ਵੀ ਲੋਸ ਦੀ ਟਰੈਕ, ਬਟ ਅਸੀਂ ਉਹਦਾ ਖਹਿੜਾ ਨਹੀਂ ਛੱਡਿਆ। 4 ਦਿਨਾਂ ਦੇ ਵਿੱਚ ਕੱਲ੍ਹ ਇਹਨਾਂ ਨੂੰ ਦਿੱਲੀ ਪੁਲਿਸ ਦੀ ਮਦਦ ਦੇ ਨਾਲ ਅਸੀਂ ਉਹਨਾਂ ਨੂੰ ਉੱਥੇ ਜਾ ਕੇ ਉਹਨੂੰ ਕਾਬੂ ਕਰ ਲਿਆ। 15,21,500 ਰੁਪਏ ਅਸੀਂ ਰਿਕਵਰ ਕਰਨ 'ਚ ਕਾਮਯਾਬ ਹੋਏ ਹਾਂ। ਇਹਦੇ ਵਿੱਚ ਜਦੋਂ ਕ੍ਰਾਈਮ ਹੁੰਦਾ, ਜਿਵੇਂ ਇਸ ਕੇਸ ਦੇ ਵਿੱਚ ਵੀ ਸਾਡੀ ਕਾਊਂਟਰ ਇੰਟੈਲੀਜੈਂਸ ਨੇ ਵੀ ਸਾਡੀ ਉਹਦੇ 'ਚ ਇਨਪੁੱਟ ਸਾਨੂੰ ਦਿੱਤੇ, ਉਹਦੇ ਨਾਲ ਨਾਲ ਅਸੀਂ ਆਪਦੀ ਡਿਸਟ੍ਰਿਕਟ ਟੀਮ ਨੇ ਵੀ ਕੀਤਾ। ਅਤੇ ਜਿਵੇਂ ਹਮੇਸ਼ਾ ਦੀ ਤਰ੍ਹਾਂ ਅਗਰ ਲੁਧਿਆਣੇ ਕ੍ਰਾਈਮ ਕਰ ਰਹੇ ਹੋ, ਲੁਧਿਆਣਾ ਪੁਲਿਸ ਦੀ ਤੁਹਾਡੇ 'ਤੇ ਨਿਗਾਹ, ਅਸੀਂ ਤੁਹਾਨੂੰ ਫੜ ਕੇ ਕ੍ਰਾਈਮ ਕਰਨ ਵਾਲਿਆਂ ਨੂੰ, ਇਹ ਹੋ ਸਕਦਾ ਵੀ ਕਿਸੇ ਕਿਚ ਕੁਛ ਘੰਟੇ ਲੱਗ ਗਏ ਫੜਨ ਦੇ ਵਿੱਚ, ਕਿਸੇ ਦੇ ਵਿੱਚ 2 ਦਿਨ ਲੱਗ ਗਏ, 3 ਦਿਨ ਲੱਗ ਗਏ। ਇਹ ਕੇਸ ਜਿਵੇਂ ਅਸੀਂ 4 ਦਿਨਾਂ ਦੇ ਵਿੱਚ ਟਰੇਸ ਕਰ ਲਿਆ, ਹਰ ਕ੍ਰਿਮੀਨਲ ਨੂੰ ਅਸੀਂ ਫੜ ਕੇ ਉਹਦੀ ਜਗ੍ਹਾ ਜਿਹੜੀ ਸਲੱਖਾਂ ਦੇ ਪਿੱਛੇ ਹੈ, ਬਿਹਾਈਂਡ ਬਾਰਜ਼ ਆ, ਉਹਨਾਂ ਨੂੰ ਫੜ ਫੜ ਕੇ ਅਸੀਂ ਉੱਥੇ ਲਿਆਵਾਂਗੇ। ਇਹਦੇ ਵਿੱਚ ਜੀ ਟੋਟਲ 4 ਬੰਦੇ ਸੀ, 2 ਐਗਜੀਕਿਊਸ਼ਨ ਕਰਨ ਵਾਲੇ ਸੀ, ਜਿਹੜਾ ਬੈਗ ਚੱਕਣ ਵਾਲੇ ਸੀ, 2 ਸਪੋਰਟ ਸਟਾਫ ਸੀ। ਇਹਨਾਂ ਦਾ ਤਰੀਕਾ ਵਾਰਦਾ ਤਾਂ ਇਹ ਆ ਵੀ ਇਹ ਵਹੀਕਲ ਦੇ ਵਿੱਚ ਜਾਂਦੇ ਜਾਂਦੇ ਜਦੋਂ ਉਹਦੇ ਉਹਦੇ ਸ਼ੀਸ਼ੇ ਦੇ ਵਿੱਚੋਂ ਦੇਖਦੇ ਰਹਿੰਦੇ ਆ ਕਿਸੇ ਦਾ ਬੈਗ ਪਿਆ, ਜਾਂ ਤਾਂ ਇਹ ਜਿਹੜੀਆਂ ਟ੍ਰਾਂਜੈਕਸ਼ਨ ਉਹ ਜਿਹੜੀਆਂ ਹੈਗੀਆਂ ਕ੍ਰੋਸਿੰਗ ਦੇ ਉੱਤੇ ਲਾਈਟਸ ਹੁੰਦੀਆਂ ਉੱਥੇ, ਅਤੇ ਜਾਂ ਕਿਤੇ ਰਸਤੇ ਦੇ ਵਿੱਚ ਵਹੀਕਲ ਰੁਕ ਜਾਂਦਾ ਜਾਂ ਟ੍ਰੈਫਿਕ 'ਚ ਜਾਮ ਹੋ ਜਾਂਦਾ, ਉੱਥੇ ਦਾ ਲਾਉਣ ਦੀ ਕੋਸ਼ਿਸ਼ ਕਰਦੇ ਆ। ਕਈ ਵਾਰੀ ਇਹ ਕਾਰ ਵਾਲੇ ਦੇ ਬਰਾਬਰ ਹੋ ਕੇ ਇਸ਼ਾਰਾ ਕਰਨ ਦੀ ਕੋਸ਼ਿਸ਼ ਕਰਦੇ ਆ ਵੀ ਤੁਹਾਡਾ ਕਾਰ ਪੰਕਚਰ ਹੋ ਗਈ ਜਾਂ ਤੁਹਾਡੇ ਕਾਰ ਦੇ ਵਿੱਚ ਕੁਛ ਲੱਗਿਆ ਹੋਇਆ ਤਾਂ ਜਾਂ ਚਿੱਕੜ ਪਿਆ ਹੋਇਆ, ਤਾਂ ਉਹ ਜਦੋਂ ਉੱਤਰ ਕੇ ਦੇਖਦਾ ਤਾਂ ਉਹ ਕੋਸ਼ਿਸ਼ ਹੁੰਦੀ ਹੈ, ਲੁੱਟ ਜਾਂਦੇ ਆ। ਜਿਹੜੇ ਅਸੀਂ ਕ੍ਰਿਮੀਨਲ ਫੜੇ ਆ ਇਹਨਾਂ ਵਿੱਚੋਂ 1 7 ਮਹੀਨੇ ਹੈ, ਇਹੀ ਇਸੇ ਤਰੀਕੇ ਦੀ ਵਾਰਦਾਤ ਦੇ ਵਿੱਚ ਅੰਮ੍ਰਿਤਸਰ ਜੇਲ੍ਹ ਦੇ ਵਿੱਚੋਂ ਰਿਲੀਜ਼ ਹੋਇਆ, ਅਤੇ ਦੂਜੇ 'ਤੇ 1 ਮੁਕੱਦਮਾ। ਨਹੀਂ ਇਹਦੇ ਵਿੱਚ ਨਾ ਜੀ ਦੇਖੋ, ਪੁਲਿਸ ਵੱਲੋਂ ਜਦੋਂ ਕ੍ਰਾਈਮ ਹੁੰਦਾ ਆਪਦਾ ਜੀ ਜਾਨ ਲਾਇਆ ਜਾਂਦਾ, ਪਰ ਨੋ ਡਾਊਟ ਕਿ ਇਸ ਕੇਸ ਦੇ ਵਿੱਚ ਅਸੀਂ ਕਹਿ ਸਕਦੇ ਹਾਂ ਵੀ ਅਸੀਂ ਲੁਧਿਆਣਾ ਦੀ 40 ਲੱਖ ਆਬਾਦੀ ਦੇ ਵਿੱਚ ਹਰ ਬੰਦੇ ਨੂੰ ਪਰਸਨਲ ਸਿਕਿਉਰਿਟੀ ਨਹੀਂ ਪ੍ਰੋਵਾਈਡ ਕੀਤੀ ਜਾ ਸਕਦੀ। ਜਿਵੇਂ ਪੁਲਿਸ ਤੋਂ ਤਵੱਕੋ ਹੈ ਵੀ ਪੁਲਿਸ ਸਾਡੇ ਕ੍ਰਾਈਮ ਕੇਸਿਸ ਟਰੇਸ ਕਰੇ, ਅਸੀਂ ਆਪਦਾ ਜੀ ਜਾਨ ਲਾ ਰਹੇ ਹਾਂ, ਬਟ ਜਿਹਦੇ ਆ ਚੀਜ਼ਾਂ ਜਿਹਦੀ ਪ੍ਰੋਪਰਟੀ ਹੁੰਦੀ ਹੈ ਜਿਹਦੇ ਪੈਸੇ ਹੁੰਦੇ ਆ, ਅਸੀਂ ਤੁਹਾਡੇ ਜ਼ਰੀਏ ਉਹਨਾਂ ਨੂੰ ਵੀ ਰਿਕੁਐਸਟ ਕਰਨਾ ਚਾਹਾਂਗੇ ਵੀ ਤੁਹਾਡੀ ਵੀ ਚੰਗੇ ਸ਼ਹਿਰੀ ਹੋਣ ਦੇ ਨਾਤੇ ਆਪਣੀ ਪੁਲਿਸ ਨੂੰ ਵਿੱਚ ਉਹਦਾ ਕੰਮ ਵਧਾਓ ਨਾ, ਆਪਦੀ ਕੁਛ ਚੀਜ਼ਾਂ ਦੀ ਸੁਰੱਖਿਆ ਸਾਂਭ ਸੰਭਾਲ ਹੈ ਜਿਹੜੀ ਆਪ ਕੀਤੀ ਜਾਵੇ, ਤਾਂ ਕਿ ਇਹੋ ਜਿਹੀ ਇਹਨੂੰ ਇਹ ਕਹਿ ਸਕਦੇ ਹਾਂ ਟੋਟਲੀ ਅਣਗਹਿਲੀ ਦੇ ਕਾਰਨ ਜਿਹੜਾ ਕੈਸ਼ ਨੂੰ ਸੁੰਨਾ ਛੱਡ ਕੇ, ਅਤੇ ਫਿਰ ਕਹਿ ਦੇਣਾ ਜੀ ਚੋਰੀ ਹੋ ਗਿਆ, ਅਤੇ ਫਿਰ ਕਹਿ ਦੇਣਾ ਪੁਲਿਸ ਲੱਭਦੇ, ਨੋ ਡਾਊਟ ਕਿ ਪੁਲਿਸ ਦਾ ਜੇ ਕ੍ਰਾਈਮ ਹੋਊਗਾ ਪੁਲਿਸ ਉਹਨੂੰ ਜੀ ਜਾਨ ਲਾਊਗੀ, ਪਰ ਕਈ ਕ੍ਰਾਈਮ ਹੈ ਜਿਹੜੇ ਟਾਲੇ ਜਾ ਸਕਦੇ ਆ। ਇਹ ਇਹੋ ਜਿਹਾ ਕ੍ਰਾਈਮ ਸੀ ਜਿਹੜਾ ਕਿ ਜਿਹਦੇ ਵੱਲੋਂ ਇੱਕ ਅਣਗਹਿਲੀ ਨਾਲ ਹੋਇਆ ਹੋਇਆ ਕ੍ਰਾਈਮ ਸੀ, ਇਹਨੂੰ ਟਾਲਿਆ ਜਾ ਸਕਦਾ ਸੀ, ਪਰ ਲੁਧਿਆਣਾ ਪੁਲਿਸ ਦਾ ਟਰੈਕ ਰਿਕਾਰਡ ਹੈ ਪਿਛਲੇ ਕਈ ਮਹੀਨਿਆਂ ਤੋਂ, ਅਸੀਂ ਇਹ ਰੱਖਿਆ ਵੀ ਸਭ ਫੜੇ ਜਾਣਗੇ, ਅਤੇ ਇਹਦੇ ਵਿੱਚ ਇਹ ਕਹਿਣਾ ਵੀ ਸਭ ਫੜੇ ਗਏ, ਅਤੇ ਇਹ 2 ਲਿਆਂਦੇ ਆ, ਅਤੇ ਜਿਹੜੇ 2 ਭੱਜੇ ਹੋਏ ਆ ਉਹ ਫੜੇ ਜਾਣਗੇ। ਥੈਂਕ ਯੂ ਸੋ ਮੱਚ। CP ਸਿੱਧੂ ਹੋਰਾਂ ਦਾ ਕਹਿਣਾ ਹੈ ਕਿ 2 ਮੁਲਜ਼ਮਾਂ ਨੂੰ ਕਾਬੂ ਕਰਕੇ ਮਾਮਲਾ ਦਰਜ ਕਰ ਦਿੱਤਾ ਗਿਆ ਅਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਹਕੀਕੀ TV ਪੰਜਾਬੀ ਲਈ ਲੁਧਿਆਣਾ ਤੋਂ ਸੁਰਿੰਦਰ ਸੋਨੀ ਦੀ ਰਿਪੋਰਟ।